ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਦੇ ਵਿੱਚ। ਅੱਜ ਅਸੀਂ ਘੀਏ ਦੇ ਪਰੌਂਠੇ ਬਣਾਵਾਂਗੇ। ਘੀਏ ਨੂੰ ਅਸੀਂ ਲੌਕੀ ਵੀ ਬੋਲਦੇ ਹਾਂ। ਇਹ ਮੈਂ ਇੱਕ ਲੌਕੀ ਲਈ ਹੈ ਫਰੈਸ਼, ਅਤੇ ਇਹਨੂੰ ਮੈਂ ਚੰਗੀ ਤਰ੍ਹਾਂ ਨਾਲ ਮਿੱਠੇ ਸੋਡੇ ਦੇ ਪਾਣੀ ਦੇ ਵਿੱਚ ਰੱਖ ਕੇ 15 ਮਿੰਟ ਲਈ ਅਤੇ ਚੰਗੀ ਤਰ੍ਹਾਂ ਨਾਲ ਧੋ ਲਿਆ। ਇਸ ਲਈ ਮੈਂ ਤਾਂ ਛਿਲਕਾ ਨਹੀਂ ਲਾਉਂਗੀ, ਜਿੱਥੋਂ ਕਿਤੇ ਗੰਦਾ ਦਿਸੂਗਾ ਉੱਥੋਂ ਅਸੀਂ ਛਿਲਕਾ ਲਾ ਦਾਂਗੇ, ਬਾਕੀ ਪੂਰਾ ਛਿਲਕਾ ਨਹੀਂ ਲਾਵਾਂਗੇ ਕਿਉਂਕਿ ਇਹਦੇ 'ਚ ਫਾਈਬਰ ਹੁੰਦਾ ਅਤੇ ਬਹੁਤ ਸਾਰੇ ਵਿਟਾਮਿਨਸ ਵੀ ਹੁੰਦੇ ਨੇ ਜਿਹੜੇ ਸਾਨੂੰ ਬਹੁਤ ਹੀ ਜ਼ਰੂਰੀ ਨੇ। ਸੋ ਮੈਂ ਇਹਨੂੰ ਛਿਲਕੇ ਨੂੰ ਨਹੀਂ ਉਤਾਰਦੀ ਅਤੇ ਨਾ ਹੀ ਮੈਂ ਇਹਦੇ ਅੰਦਰਲੇ ਬੀਜ, ਕਿਉਂਕਿ ਕੱਚੇ ਨੇ, ਮੈਂ ਉਹ ਵੀ ਨਹੀਂ ਕੱਢੂੰਗੀ। ਉਹ ਕਾਹਦੇ ਲਈ ਵੇਸਟ ਕਰਨੇ ਆਪਾਂ ਨੇ ਜਦੋਂ ਕੱਚੇ ਬੀਜ ਨੇ। ਅਸੀਂ ਵੈਸੇ ਵੀ ਤਾਂ ਮਗਜ਼ ਵਗੈਰਾ ਖਾਂਦੇ ਹਾਂ ਘੀਏ ਦੇ। ਸੋ ਆਪਾਂ ਹੁਣ ਘੀਏ ਨੂੰ ਕੱਦੂਕਸ ਕਰ ਲਾਂਗੇ। ਇੱਕ ਕੌਲੀ ਮੈਂ ਕਣਕ ਦੇ ਆਟੇ ਦੀ ਲੈ ਰਹੀ ਹਾਂ ਅਤੇ ਅੱਧੀ ਕੌਲੀ ਬੇਸਣ ਦੀ। ਹੁਣ ਆਪਾਂ ਇਹਦੇ ਵਿੱਚ ਇਹ ਜਿਹੜਾ ਘੀਆ ਇਹ ਪਾ ਦਾਂਗੇ। ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਲਿਆ ਮੈਂ, ਇਹਨੂੰ ਆਪਾਂ ਨੇ ਚੌਪਰ ਦੇ ਵਿੱਚ ਛੋਟਾ ਛੋਟਾ ਕੱਟ ਲਿਆ। 2-3 ਹਰੀਆਂ ਮਿਰਚਾਂ ਲਈਆਂ ਨੇ, ਇਹਨਾਂ ਨੂੰ ਵੀ ਬਰੀਕ ਬਰੀਕ ਕੱਟ ਲਿਆ ਕਿਉਂਕਿ ਪਿਆਜ਼ ਦਾ ਟੇਸਟ ਹੈ ਜਿਹੜਾ ਬਹੁਤ ਵਧੀਆ ਆਉਂਦਾ। ਹੁਣ ਇਹਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ, ਸਵਾਦ ਅਨੁਸਾਰ ਨਮਕ ਪਾਵਾਂਗੇ। ਮੈਂ 1.5 ਚਮਚਾ ਪਾ ਰਹੀ ਹਾਂ ਅਤੇ 1 ਚਮਚਾ ਧਨੀਆ ਪਾਊਡਰ ਦਾ, ਥੋੜ੍ਹੀ ਜਿਹੀ ਲਾਲ ਮਿਰਚ, ਕੁਛ ਹਰੀ ਵੀ ਪਾਈ ਆ ਆਪਾਂ ਨੇ। 1 ਛੋਟਾ ਚਮਚਾ ਗਰਮ ਮਸਾਲੇ ਦਾ, 1 ਚਮਚਾ ਮੈਂ ਸੁੱਕੇ ਧਨੀਏ ਦਾ ਪਾ ਰਹੀ ਹਾਂ। ਸੁੱਕੇ ਧਨੀਏ ਦਾ ਟੇਸਟ ਬਹੁਤ ਵਧੀਆ ਲੱਗਦਾ, ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਜ਼ਰੂਰ ਪਾਇਓ। 1 ਛੋਟਾ ਚਮਚ ਚਾਟ ਮਸਾਲੇ ਦਾ ਪਾਵਾਂਗੇ, 1 ਬੜਾ ਚਮਚ ਯਾਨੀ ਕਿ 1 ਟੇਬਲ ਸਪੂਨ ਕਸੂਰੀ ਮੇਥੀ ਦਾ ਪਾਵਾਂਗੇ। ਜੇ ਤੁਹਾਡੇ ਕੋਲ ਧਨੀਆ ਪਸੰਦ ਕਰਦੇ ਹੋ ਤੁਸੀਂ ਧਨੀਏ ਦਾ ਟੇਸਟ, ਤਾਂ ਤੁਸੀਂ ਧਨੀਆ ਪਾ ਸਕਦੇ ਹੋ। ਹੁਣ ਸਭ ਤੋਂ ਪਹਿਲਾਂ ਅਸੀਂ ਬਿਨਾਂ ਪਾਣੀ ਪਾਏ ਇਹਨੂੰ ਗੁੰਨਾਂਗੇ ਕਿਉਂਕਿ ਜਿਹੜਾ ਘੀਆ ਇਹਦੇ ਵਿੱਚ ਪਾਣੀ ਹੁੰਦਾ, ਜੇ ਸਾਨੂੰ ਲੋੜ ਪਈ ਫਿਰ ਅਸੀਂ ਬਾਅਦ 'ਚ ਜਿਹੜਾ ਪਾਣੀ ਉਹ ਪਾਵਾਂਗੇ। 1.5 ਛੋਟਾ ਚਮਚ ਮੈਂ ਇਹਦੇ ਵਿੱਚ ਰਿਫਾਇੰਡ ਆਇਲ ਦਾ ਪਾ ਰਹੀ ਹਾਂ। ਇਹਦੇ ਨਾਲ ਥੋੜ੍ਹਾ ਜਿਹਾ ਟੇਸਟ ਬਹੁਤ ਵਧੀਆ ਆ ਜਾਂਦਾ, ਕੁਰਕਰੇ ਜਿਹੇ ਹੋ ਜਾਂਦੇ ਆ ਪਰੌਂਠੇ ਥੋੜ੍ਹੇ ਜਿਹੇ। ਵੈਸੇ ਆਪਸ਼ਨਲ ਹੈ, ਤੁਹਾਨੂੰ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ। ਆਹ ਦੇਖੋ ਮੈਨੂੰ ਬਿਲਕੁਲ ਵੀ ਪਾਣੀ, ਮੈਂ 1 ਬੂੰਦ ਵੀ ਪਾਣੀ ਦੇ ਨਹੀਂ ਪਾਈ, ਸਾਰਾ ਘੀ ਇਹਦੇ ਵਿੱਚ ਹੀ ਗੁੰਨਿਆ ਗਿਆ ਆਟਾ। ਜਿਹੜੇ ਬੱਚੇ ਮਤਲਬ ਕਿ ਮੋਸਟਲੀ ਬੱਚੇ ਬੱਚੇ ਤਾਂ ਬੱਚੇ ਵੱਡੇ ਵੀ ਘੀਆ ਖਾਣਾ ਪਸੰਦ ਨਹੀਂ ਕਰਦੇ, ਤਾਂ ਇਹ ਪਰੌਂਠਿਆਂ ਦੇ ਵਿੱਚ ਪਾ ਕੇ ਖਾਧਾ ਜਾ ਸਕਦਾ। ਆਟਾ ਆਪਣਾ ਗੁੰਨਿਆ ਗਿਆ, ਹੁਣ ਆਪਾਂ ਇਹਦੇ ਪਰੌਂਠੇ ਬਣਾਵਾਂਗੇ। 5 ਮਿੰਟ ਇਹਨੂੰ ਰੈਸਟ ਲਈ ਰੱਖ ਦਿੰਦੇ ਹਾਂ। 1 ਚਮਚ ਮੈਂ ਲਸਣ ਅਦਰਕ ਦਾ ਪੇਸਟ ਪਾ ਰਹੀ ਹਾਂ, ਮੈਂ ਭੁੱਲ ਗਈ ਸੀ ਪਾਉਣਾ, ਹੁਣ ਮੈਂ ਇਹਦੇ ਵਿੱਚ ਮਿਕਸ ਕਰ ਦਿੰਦੀ ਹਾਂ। ਤੁਸੀਂ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹੋ ਪੀਸ ਕੇ। 1 ਪੇੜਾ ਲਵਾਂਗੇ ਆਪਾਂ, ਪਰੌਂਠੇ ਥੋੜ੍ਹੇ ਜਿਹੇ ਮੋਟੇ ਹੀ ਚੰਗੇ ਲੱਗਦੇ ਨੇ, ਬਹੁਤੇ ਪਤਲੇ ਨਹੀਂ ਚੰਗੇ ਲੱਗਦੇ। ਅਤੇ ਹੁਣ ਆਪਾਂ ਲੋਈਆ ਬਣਾਵਾਂਗੇ, ਇਹਦਾ ਵੇਲ ਲਾਂਗੇ ਇਹਨੂੰ। ਅਤੇ ਹੁਣ ਇਹਦੇ ਵਿੱਚ ਤੁਹਾਡੀ ਮਰਜ਼ੀ ਹੈ, ਤੁਸੀਂ ਦੇਸੀ ਘਿਓ 'ਚ ਬਣਾਉਣਾ ਜਿੱਦਾਂ ਵੀ ਬਣਾਉਣਾ, ਜਾਂ ਰਿਫਾਈਨ 'ਚ ਬਣਾਉਣਾ ਬਣਾ ਸਕਦੇ ਹੋ। ਆਪਾਂ ਤੇਲ ਲਾਵਾਂਗੇ, ਤੇਲ ਲਾਏ ਬਿਨਾਂ ਪਰੌਂਠਾ ਸੌਫਟ ਨਹੀਂ ਬਣਦਾ। ਅਤੇ ਹੁਣ ਇਹਨੂੰ ਫੋਲਡ ਕਰ ਦਾਂਗੇ, ਫਿਰ ਤੋਂ ਸੁੱਕਾ ਆਟਾ ਲਾਵਾਂਗੇ ਚੰਗੀ ਤਰ੍ਹਾਂ ਨਾਲ ਅਤੇ ਇਹਨੂੰ ਵੇਲ ਲਾਂਗੇ ਕਿਉਂਕਿ ਘੀਆ ਪਾਇਆ, ਘੀਆ ਵੀ ਬਹੁਤ ਜ਼ਿਆਦਾ ਪਾਣੀ ਛੱਡਦਾ ਮੂਲੀਆਂ ਦੀ ਤਰ੍ਹਾਂ। ਸੋ ਜਦੋਂ ਆਪਾਂ ਨਮਕ ਪਾ ਦਿੰਦੇ ਹਾਂ ਤਾਂ ਫਿਰ ਹੋਰ ਪਾਣੀ ਛੱਡਣਾ ਸ਼ੁਰੂ ਹੋ ਜਾਂਦਾ, ਇਸ ਲਈ ਆਪਾਂ ਫਟਾਫਟ ਇਹਦੇ ਜਿਹੜੇ ਪਰੌਂਠੇ ਨੇ ਬਣਾ ਲਾਂਗੇ। ਇਸ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਪਰੌਂਠੇ ਆ ਬਣਾ ਕੇ ਤਿਆਰ ਕਰ ਲਾਂਗੇ। ਪਰੌਂਠਿਆਂ ਨੂੰ ਆਪਾਂ ਮੱਖਣ ਨਾਲ, ਦਹੀਂ ਨਾਲ ਜਿੱਦਾਂ ਵੀ ਖਾਣਾ ਖਾ ਸਕਦੇ ਹੋ। ਇਹ ਆਟੇ ਦੇ ਵਿੱਚ ਪਾਏ ਹੋਏ ਬੱਚਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਣਾ ਵੀ ਤੁਸੀਂ ਕੀ ਪਾਇਆ।
जो एक पासे तो सिक जाए फिर इनू असं पलट देंगे तो तेल लावांगे। नहीं पाई जाता आटा फिर बहुत ज्यादा पाँगे। मैं घीया थोड़ा ज्यादा पाया, जे थोनू लगे भी आटा पतला हो गया तो तुसी आटा थोड़ा सुक्का होर पा लो। दूजे पासे भी घ्यो ला के हुण असी इहनू अलट पलट के गोल्डन ब्राउन होण तक सेक लांगे। परौंठा साडा सर्व करन लई तैयार है। बहुत ही सवाद साडे घीए दे परौंठे बन के तैयार होए ने। असी इन्हां नूं दही नाल, मक्खन नाल जां फिर अचार नाल जिस तरह मर्जी खा सकदे हां। ते फ्रेंड्स तुसीं वी इदां ही बनायो। जे वीडियो तुहानूं पसंद आई होवे तां मेरे चैनल नूं सबसक्राइब करियो, वीडियो नूं शेयर करियो, लाइक करियो। थैंक यू जी।